ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਦੇ ਵਿੱਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਕਿਸਾਨ ਵੀਰੋ, ਤਣੇ ਦੇ ਗੜੂਏ ਜਾਂ ਸਟੈਮ ਬੋਰਰ ਆ ਜਿਹੜੇ, ਜਾਂ ਗੋਭ ਦੀ ਸੁੰਡੀ ਆਪਾਂ ਕਹਿ ਦਿੰਦੇ ਹਾਂ, ਇਹਦਾ ਜਿਹੜਾ ਅਟੈਕ ਆ ਹੁਣ ਜ਼ਿਆਦਾਤਰ ਜਿਹੜੇ ਖੇਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ। ਕਿਸਾਨ ਵੀਰਾਂ ਦੇ ਜਿਹੜੇ ਸਵਾਲ ਆ ਰਹੇ ਕਿ ਇਹਦੇ ਵਾਸਤੇ ਸਪਰੇ ਹੁਣ ਇਸ ਸਟੇਜ ਦੇ ਉੱਤੇ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ, ਜਾਂ ਜਿਹੜਾ ਹੈਗਾ ਜੇ ਨਾ ਕਰੀਏ ਤਾਂ ਉਹਦੇ ਨਾਲ ਜਿਹੜੀਆਂ ਹੈਗੀਆਂ, ਕਈ ਕਿਸਾਨ ਵੀਰ ਆ ਜਿਹੜੇ ਉਹ ਸਵਾਲ ਪੁੱਛ ਰਹੇ ਸੀਗੇ ਕਿ ਜਦੋਂ ਆਪਾਂ ਇੱਕ ਜਿਹੜੀ ਗੋਭ ਚਾਲੜੀ ਸੁੱਕ ਜਾਂਦੀ, ਉਹਦੇ ਸਾਈਡਾਂ ਦੇ ਉੱਤੋਂ ਜਿਹੜੀਆਂ ਹੈ ਗੋਭਾਂ ਆ ਜਾਂਦੀਆਂ, ਉਹ ਜਿਹੜੀਆਂ ਹੈਗੀਆਂ ਉਹਦੇ ਨਾਲ ਝਾੜ ਰਿਕਵਰ ਕਰ ਜਾਂਦੀਆਂ, ਉਹਦੇ ਬਾਰੇ ਜਿਹੜੀ ਆਪਾਂ ਵੀਡੀਓ ਦੇ ਵਿੱਚ ਡਿਸਕਸ਼ਨ ਕਰਨੀ ਆ। ਕਿਰਪਾ ਕਰਕੇ ਕਿਸਾਨ ਵੀਰੋ, ਵੀਡੀਓ ਸਾਰੀ ਸੁਣ ਲਿਆ ਕਰੋ, 5-6 ਮਿੰਟ ਦੀ ਵੀਡੀਓ ਹੁੰਦੀ ਹੈ। ਜੇ ਕੋਈ ਫਿਰ ਵੀ ਸਵਾਲ ਰਹਿ ਜਾਂਦਾ ਤਾਂ ਫਿਰ ਜ਼ਰੂਰ ਜਿਹੜਾ ਹੈਗਾ ਸਵਾਲ ਪੁੱਛਿਆ ਕਰੋ, ਕਿਉਂਕਿ ਕਈ ਕਿਸਾਨ ਵੀਰਾਂ ਵੀਡੀਓ ਪੂਰੀ ਨਹੀਂ ਸੁਣਦੇ ਹੈਗੇ, ਅੱਗੇ ਅੱਗੇ ਕੱਢ ਕੇ ਸੁਣ ਲੈਂਦੇ, ਉਹਨਾਂ ਨੂੰ ਪੂਰਾ ਜਿਹੜੀ ਜਾਣਕਾਰੀ ਨਹੀਂ ਮਿਲਦੀ। ਜਿਹੜੇ ਨਵੇਂ ਕਿਸਾਨ ਵੀਰ ਜੁੜੇ ਆ, ਉਹਨਾਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈੱਲ ਵਾਲਾ ਬਟਨ ਜਿਹੜਾ ਦਬਾ ਲਓ, ਤਾਂ ਕਿ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਫੋਨ 'ਚ ਆ ਜਾਵੇ ਅਤੇ ਤੁਸੀਂ ਨਵੀਂ ਨਵੀਂ ਜਾਣਕਾਰੀ ਲੈਂਦੇ ਰਹੋ। ਅਸਲ ਦੇ ਵਿੱਚ ਕਿਸਾਨ ਵੀਰੋ, ਗੋਭ ਦੀ ਸੁੰਡੀ ਹੈ ਕੀ ਹੈ? ਇਹ ਗੋਭ ਦੀ ਸੁੰਡੀ ਤੋਂ ਪਹਿਲਾਂ ਜਿਹੜੇ ਇਹਦੇ ਜਿਹੜੇ ਅਡਲਟ ਮੌਥ ਹੈ, ਭਮੱਕੜ ਆ, ਉਹ ਤੁਹਾਨੂੰ ਖੇਤਾਂ ਦੇ ਵਿੱਚ ਉੱਡਦੇ ਦਿਸਣਗੇ। ਜ਼ਿਆਦਾਤਰ ਇਹ ਸ਼ਾਮ ਜਾਂ ਸਵੇਰ ਵੇਲੇ ਤੁਹਾਨੂੰ ਦਿਖਾਈ ਦਿੰਦੇ ਹੈਗੇ ਆ, ਅਤੇ ਉਹ ਜਿਹੜੇ ਅਡਲਟ ਮੌਥ ਆ ਉਹ ਜਿਹੜੇ ਹੈਗੇ ਝੋਨੇ ਦੀ ਫਸਲ ਦਾ ਨੁਕਸਾਨ ਨਹੀਂ ਕਰਦੇ। ਅਤੇ ਕਈ ਕਿਸਾਨ ਵੀਰ ਆ ਕਹਿੰਦੇ ਕਿ ਉਹਨੂੰ ਕੰਟਰੋਲ ਕਰੀਏ, ਕਿਉਂਕਿ ਜਿਹੜਾ ਮੌਥ ਹੈ ਜਾਂ ਜਿਹੜਾ ਹੈਗਾ ਭਮੱਕੜ ਆ, ਉਹ 'ਤੇ ਤੁਸੀਂ ਸਪਰੇਅ ਕਰੋਗੇ ਜਿਹੜੇ ਉੱਡ ਕੇ ਜਿਹੜੇ ਹੋਰ ਜਗ੍ਹਾ 'ਤੇ ਚਲੇ ਜਾਣਗੇ, ਉਹਨਾਂ ਨੂੰ ਕੰਟਰੋਲ ਕਰਨਾ ਬੜਾ ਔਖਾ ਹੁੰਦਾ ਹੈਗਾ। ਸੋ ਉਹਨਾਂ ਨੇ ਜਿਹੜੇ ਆਂਡੇ ਦੇਣੇ ਆ, ਅਤੇ 5-6 ਦਿਨ ਦੇ ਵਿੱਚ ਜਿਹੜੇ ਆਂਡਿਆਂ ਦੇ ਵਿੱਚੋਂ ਬੱਚੇ ਆ ਜਾਂਦੇ ਆ, ਜਿਹੜੇ ਵਾਈਟ ਕਰੀਮੀ ਕਲਰ ਦੇ ਜਿਹੜੇ ਹੈਗੇ ਆ ਆਂਡੇ, ਉਹ ਲੇ ਕਰਦੇ ਹੈਗੇ ਆ, ਅਤੇ ਇੱਕ ਜਿਹੜਾ ਹੈਗਾ ਭਮੱਕੜ ਆ ਜਾਂ ਜਿਹੜੀਆਂ ਹੈਗੀਆਂ ਜਿੰਨੀਆਂ ਜਨਰੇਸ਼ਨਾਂ ਨੇ ਇਹਦੀਆਂ, ਉਹ ਜਿਹੜੇ ਆਪਦੇ ਲਾਈਫ ਟਾਈਮ ਦੇ ਵਿੱਚ ਜਿਹੜੇ ਹੈਗੇ 50 ਤੋਂ 60 ਆਂਡੇ ਜਿਹੜੇ ਹੈਗੇ ਆ ਇੱਕ ਟਾਈਮ 'ਤੇ ਦੇ ਸਕਦੇ ਹੈਗੇ ਆ। ਅਤੇ ਜਿਹੜੇ ਹੈਗੇ ਆ ਇਹ ਇੱਕ ਗਰੁੱਪ ਦੇ ਵਿੱਚ ਦਿੱਤੇ ਜਾਂਦੇ ਆ, ਲੀਫ ਸ਼ੀਥ ਦੇ ਜਿਹੜੇ ਹੈਗੇ ਆ ਜਾਂ ਲੀਫ ਬਲੇਡ ਦੇ ਉੱਪਰਲੇ ਪਾਸੇ ਜਿਹੜੇ ਹੈਗੇ ਇਹ ਆਂਡੇ ਆਮ ਤੌਰ 'ਤੇ ਦਿੱਤੇ ਜਾਂਦੇ ਹੈਗੇ ਆ। ਉਦੋਂ ਬਾਅਦ ਇਹਦੇ ਵਿੱਚੋਂ ਲਾਰਵੇ ਨਿਕਲਦੇ, ਸੁੰਡੀਆਂ ਨਿਕਲਦੀਆਂ ਜਿਹੜੀਆਂ ਕਿ ਨੁਕਸਾਨ ਪਹੁੰਚਾਉਂਦੀਆਂ ਨੇ, ਜਿਹੜੀਆਂ ਗੋਭਾਂ ਦੇ ਵਿੱਚ ਜਿਹੜੇ ਹੈਗੇ ਆ ਫਸਲ ਦੇ ਤਣੇ ਦੇ ਵਿੱਚ ਮੋਰੀਆਂ ਕਰਕੇ ਗੋਭ ਦੇ ਵਿੱਚ ਵੜ ਜਾਂਦੇ ਹੈਗੇ ਆ, ਤਣੇ ਦੇ ਵਿੱਚ ਵੜ ਜਾਂਦੇ, ਉਹਦੇ ਵਿੱਚੋਂ ਅੰਦਰਲਾ ਜਿਹੜਾ ਹੈਗਾ ਹਰਾ ਮਾਦਾ ਖਾ ਕੇ, ਅਤੇ ਉਹ ਜਿਹੜੀ ਗੋਭ ਆ ਉਹਨੂੰ ਜਿਹੜਾ ਹੈਗਾ ਡੈੱਡ ਕਰ ਦਿੰਦੇ ਹੈਗੇ ਆ, ਜਿਹਦੇ ਵਿੱਚੋਂ ਬਾਅਦ 'ਚੋਂ ਚਿੱਟੇ ਰੰਗ ਦੇ ਸਿੱਟੇ ਨਿਕਲਦੇ ਹੈਗੇ ਆ, ਜਦੋਂ ਆਪਾਂ ਨੂੰ ਬਾਅਦ 'ਚੋਂ ਪਤਾ ਲੱਗਦਾ ਜਦੋਂ ਗੋਭ ਦੇ ਵਿੱਚੋਂ ਸਿੱਟੇ ਨਿਕਲਦੇ ਹੈਗੇ ਆ। ਅਤੇ ਇੱਕ ਥਾਂ ਤੋਂ ਜਦੋਂ ਸੈਂਟਰਲ ਛੂਟ ਇਹ ਖਾ ਲੈਂਦੇ ਹੈਗੇ ਲਾਰਵੇ, ਤਾਂ ਉਦੋਂ ਅਗਲੀ ਜਿਹੜੀ ਹੈਗੀ ਟਾਹਣੀ ਦੇ ਵਿੱਚ ਵੜ ਜਾਂਦੇ ਜਾਂ ਅਗਲੇ ਬੂਟੇ ਦੇ ਵਿੱਚ ਵੜ ਜਾਂਦੇ, ਅਗਲੇ ਤਣੇ ਦੇ ਵਿੱਚ ਮੋਰੀਆਂ ਕਰਕੇ ਵੜ ਜਾਂਦੇ, ਫਿਰ ਅੱਗੇ ਦੀ ਅੱਗੇ ਇੱਦਾਂ ਜਿਹੜਾ ਹੈ ਕੰਮ ਚੱਲਦਾ ਰਹਿੰਦਾ ਹੈਗਾ। ਤਾਂ ਉਹਦੇ ਨਾਲ ਜਿਹੜੀਆਂ ਹੈਗੀਆਂ ਡੈੱਡ ਹਾਰਟ, ਜਿਹਨੂੰ ਆਪਾਂ ਵਾਈਟ ਈਅਰ ਕਹਿ ਦਿੰਦੇ ਹਾਂ ਜਾਂ ਜਿਹੜੀ ਹੈਗੀ ਆ ਚਿੱਟੀ ਗੋਭ ਕਹਿ ਦਿੰਦੇ ਹੈਗੇ ਆ, ਤਾਂ ਉਹ ਜਿਹੜੀਆਂ ਹੈਗੀਆਂ ਬਣ ਜਾਂਦੀਆਂ ਨੇ, ਜਿਹਦੇ ਨਾਲ ਆਪਣੀ ਫਸਲ ਦਾ ਨੁਕਸਾਨ ਹੁੰਦਾ ਹੈਗਾ। ਅਤੇ ਜਿਹੜੀਆਂ ਗੋਭਾਂ ਜਿਹੜੀਆਂ ਸੁੱਕੀਆਂ, ਉਹਨਾਂ ਦੇ ਮੁੰਜਰਾਂ 'ਚ ਨਿਕਲਦੀਆਂ ਚਿੱਟੀਆਂ ਨਿਕਲਦੀਆਂ, ਮੈਂ ਤੁਹਾਨੂੰ ਪਹਿਲਾਂ ਦੱਸੋ 'ਚ ਦਾਣੇ ਨਹੀਂ ਪੈਂਦੇ ਹੈਗੇ, ਤਾਂ ਉਹਦੇ ਨਾਲ ਆਪਣਾ ਨੁਕਸਾਨ ਹੁੰਦਾ ਹੈਗਾ। ਅਤੇ ਕਈ ਕਿਸਾਨ ਵੀਰਾਂ ਦਾ ਸੀਗਾ ਸਵਾਲ ਕਿ ਜਿਹੜਾ ਆਪਾਂ ਜਦੋਂ ਗੋਭ ਦੀ ਸੁੰਡੀ ਨੇ ਹਮਲਾ ਕਰਤਾ, ਗੋਭ ਸੌਗੀ, ਉਹਦੇ ਸਾਈਡਾਂ ਦੇ ਉੱਤੋਂ ਜਿਹੜੀਆਂ ਟਾਹਣੀਆਂ ਨਿਕਲ ਆਉਂਦੀਆਂ ਨੇ, ਸਵਾਲ ਇਹ ਹੈ ਕਿਸਾਨ ਵੀਰੋ, ਜਦੋਂ 45 ਦਿਨ 'ਤੇ ਜਾਂ 40 ਦਿਨ 'ਤੇ, 45 ਦਿਨ 'ਤੇ, 50 ਦਿਨ 'ਤੇ ਜਿਹੜੀ ਇਹ ਸੁੰਡੀ ਹਮਲਾ ਕਰਦੀ ਹੈ, ਜਦੋਂ ਗੋਭ ਸੌਗੀ ਜਿਹੜੀਆਂ ਸਾਈਡ ਵਾਲੀਆਂ ਟਾਹਣੀਆਂ ਥੱਲਿਓਂ ਫੁੱਟਦੀਆਂ ਨੇ, ਫੁੱਟਾਉਂਦੀਆਂ ਨੇ, ਜਿਵੇਂ ਕਿ ਇਦੋਂ ਪਹਿਲਾਂ ਜਿਹੜਾ ਮੱਕੀ ਦੇ ਵਿੱਚ ਵੀ ਜਿਹੜੇ ਹੈਗੇ ਅਸੀਂ ਜਿਹੜੇ ਹੈਗੇ ਤਜਰਬੇ ਕੀਤੇ ਸੀ, ਦੇਖਿਆ ਸੀਗਾ, ਪਰ ਉਹ ਜਿਹੜੀਆਂ ਸਾਈਡ ਸ਼ੂਟਸ ਫੁੱਕਦੀਆਂ ਨੇ ਉਹ ਗਰੁੱਪ ਦੇ ਵਿੱਚ ਫੁੱਟਦੀਆਂ, ਜ਼ਿਆਦਾ ਹੋ ਜਾਂਦੀ ਗਿਣਤੀ, ਉਹ ਇਮਚਿਓਰ ਰਹਿ ਜਾਂਦੀਆਂ, ਜਦੋਂ ਨੂੰ ਫਸਲ ਪੱਕ ਜਾਂਦੀ ਉਹ ਹਜੇ ਜਿਹੜੀਆਂ ਹੈਗੀਆਂ ਆਪਦੀ ਜਿਹੜੀ ਰੀਪ੍ਰੋਡਕਟਿਵ ਸਟੇਜ 'ਤੇ ਉਦੋਂ ਤੱਕ ਆ ਨਹੀਂ ਪਾਉਂਦੀਆਂ। ਇਹਦੇ ਦੋ ਜਿਹੜੇ ਹੈਗੇ ਆਪਾਂ ਦੋ ਇਹਦੋਂ ਬਾਅਦ ਜਿਹੜੇ ਦੋ ਡਿਸੀਜਨ ਲੈ ਸਕਦੇ, ਜਾਂ ਤਾਂ ਆਪਾਂ ਨੂੰ ਜਿਹੜੀਆਂ ਗੋਭਾਂ ਪੱਕਣ ਦਾ ਇੰਤਜ਼ਾਰ ਕਰਨਾ ਪਊ ਜਦੋਂ ਕਿ ਜਿਹੜੀ ਬਾਕੀ ਪੱਕੀ ਫਸਲ ਉਦੋਂ ਚੜ੍ਹ ਜੂਗੀ, ਜਾਂ ਜਿਹੜੀਆਂ ਹੈਗੀਆਂ ਇਮਚਿਓਰ ਗੋਭਾਂ ਰਹਿ ਜਾਣੀਆਂ ਜਿਹੜੀਆਂ ਪ੍ਰੋਡਕਟਿਵ ਨਹੀਂ ਗੀਆਂ।
ਸੋ ਇਹਦੇ ਕਰਕੇ ਕਿਸਾਨ ਵੀਰੋ ਸਮੇਂ ਰਹਿੰਦੇ ਜੇ ਆਪਾਂ ਗੋਬ ਦੀ ਸੁੰਡੀ ਦਾ ਕੰਟਰੋਲ ਕਰ ਸਕਦੇ ਹਾਂ ਤਾਂ ਆਪਾਂ ਨੂੰ ਜ਼ਰੂਰ ਕਰ ਲੈਣਾ ਚਾਹੀਦਾ ਹੈਗਾ, ਕਿਉਂਕਿ ਜਿਹੜੀਆਂ ਬਾਅਦ 'ਚੋਂ ਇਹ ਅਨਪ੍ਰੋਡਕਟਿਵ ਗੋਬਾਂ ਨੇ ਚਿੱਟੇ ਛਿੱਟੇ ਨਿਕਲਦੇ ਆ, 1 ਕਿੱਲੇ ਮਗਰ ਜਿਹੜਾ ਹੈਗਾ ਕੁਆਂਟਲ ਤੋਂ 1.5 ਤੋਂ 1.25 ਕੁਆਂਟਲ ਤੱਕ ਜਿਹੜੇ ਰਿਸਰਚ ਦੇ ਵਿੱਚ ਜਿਹੜੇ ਨਤੀਜੇ ਆਏ ਇਹਦਾ ਜਿਹੜਾ ਆਪਣਾ ਨੁਕਸਾਨ ਪ੍ਰਤੀ ਏਕੜ ਜਿਹੜਾ ਹੋ ਸਕਦਾ ਹੈਗਾ। ਕਿਉਂਕਿ ਜਿਹੜੀਆਂ ਇਮਚਿਓਰ ਗੋਬਾਂ ਨਿਕਲਦੀਆਂ ਨੇ ਜਾਂ ਆਪਾਂ ਕਹਿ ਦਿੰਦੇ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਜਿਹੜੇ ਆਪਾਂ 35-40 ਦਿਨ 'ਤੇ ਗਰੋਥ ਰੈਗੂਲੇਟਰ ਜਾਂ 30 ਦਿਨ 'ਤੇ ਪਾਉਂਦੇ ਹਾਂ, ਉਹ ਜਿਹੜੀਆਂ ਸਾਈਡਾਂ ਦੇ ਉੱਤੇ ਜਿਹੜੀਆਂ ਛਿੱਟੇ ਕਢਾਉਂਦਾ ਟਾਹਣੀਆਂ ਕਢਾਉਂਦਾ, ਗਰੋਥ ਕਢਾਉਂਦਾ, ਫੁਟਾਰਾ ਕਢਾਉਂਦਾ ਆਰਟੀਫਿਸ਼ਲ 'ਤੇ, ਉਹ ਵੀ ਆਪਾਂ ਕਹਿ ਦਿੰਦੇ ਉਹ ਵੀ ਜਿਹੜਾ ਹੈਗਾ ਮਗਰੋਂ ਆ ਕੇ ਅਨਪ੍ਰੋਡਕਟਿਵ ਰਹਿ ਜਾਂਦਾ ਹੈਗਾ। ਸੋ ਇਹਦੇ ਕਰਕੇ ਸਮਾਂ ਰਹਿੰਦੇ ਜਦੋਂ ਤੁਹਾਨੂੰ 100 ਗੋ ਮਗਰ 5% ਜਿਹੜੀਆਂ ਸੁੱਕੀਆਂ ਗੋਭਾਂ ਨਜ਼ਰ ਆਉਂਦੀਆਂ ਤਾਂ ਉਦੋਂ ਆਪਾਂ ਨੂੰ ਜਿਹੜਾ ਹੈਗਾ ਸਮਾਂ ਰਹਿੰਦੇ ਜਿਹੜਾ ਕੰਟਰੋਲ ਕਰ ਲੈਣਾ ਚਾਹੀਦਾ। 45-50 ਦਿਨ 'ਤੇ ਜਾਂ 55 ਦਿਨ 'ਤੇ ਆਪਾਂ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਸਮੇਂ ਸਮੇਂ 'ਤੇ ਝੋਨੇ ਨੂੰ। ਜੇ ਆਪਾਂ ਨੂੰ ਜਿੱਥੇ ਸੈਂਟਰਲ ਜਿਹੜੀਆਂ ਗੋਭਾਂ ਬੂਟੇ ਦੇ ਵਿਚਕਾਰਲੀਆਂ ਗੋਭਾਂ ਸੁੱਕੀਆਂ ਨਜ਼ਰ ਆਉਂਦੀਆਂ ਉਹਨੂੰ ਖਿੱਚ ਕੇ ਦੇਖੋ ਆਸਾਨੀ ਨਾਲ ਬਾਹਰ ਆ ਜਾਂਦੀਆਂ, ਉਹਦੇ ਵਿੱਚ ਜਿਹੜਾ ਹੈਗਾ ਲਾਰਵਾ ਹੁੰਦਾ। ਮੇਨ ਤੌਰ 'ਤੇ 5-6 ਜਿਹੜੀ ਲਾਰਵਲ ਸਟਾਰਸ ਹੁੰਦੇ ਆ ਜਦੋਂ ਗੋਭ ਦੀ ਸੁੰਡੀ ਦੇ ਜਿਹੜੇ ਆਂਡਿਆਂ ਦੇ ਵਿੱਚੋਂ ਬੱਚੇ ਨਿਕਲਦੇ ਆ, 2 ਅਤੇ 3 ਸਟੇਜ ਆ ਜਿਹੜੇ ਉਹ ਜ਼ਿਆਦਾ ਜਿਹੜਾ ਮਾਦਾ ਖਾਂਦੇ, ਉਹਦੇ ਬਾਅਦ ਜਦੋਂ ਸੁੰਡੀ ਵੱਡੀ ਹੋ ਜਾਂਦੀ ਆ ਉਹ ਜਿਹੜਾ ਖਾਣੋਂ ਹਟ ਜਾਂਦੀ ਆ, ਜਿਹੜਾ ਮਟੀਰੀਅਲ ਆ ਹਰਾ ਮਾਦਾ ਖਾਣੋਂ ਹਟ ਜਾਂਦੀ, ਪਰ ਉਦੋਂ ਬਾਅਦ ਜਿਹੜਾ ਹੈ ਉਹਦੇ ਵਿੱਚੋਂ ਪਿਊਪਾ ਬਣ ਜਾਂਦਾ, 8 ਤੋਂ 10 ਦਿਨ ਪਿਊਪਾ ਰਹਿੰਦਾ, ਉਦੋਂ ਬਾਅਦ ਜਿਹੜਾ ਹੈਗਾ ਉਹਦੇ ਵਿੱਚੋਂ ਗਾ ਅਡਲਟ ਬਣ ਜਾਂਦਾ ਹੈ, ਮੌਤ ਬਣ ਜਾਂਦਾ, ਉਦੋਂ ਬਾਅਦ ਫਿਰ ਉਹ ਜਿਹੜਾ ਆਪਦੀ ਪ੍ਰੋਸੈਸ ਸ਼ੁਰੂ ਕਰ ਦਿੰਦਾ ਹੈਗਾ। ਇਹਦੇ ਵਾਸਤੇ ਕਿਸਾਨ ਵੀਰੋ ਤੁਸੀਂ ਜਿਹੜੀ ਸਭ ਤੋਂ ਵਧੀਆ ਜਿਹੜੀ ਚੰਗੀ ਤੁਸੀਂ ਸਪਰੇਅ ਕਰ ਸਕਦੇ ਹੋ, ਕਈ ਆਮ ਕਿਸਾਨ ਵੀਰ ਹੁਣ ਜਿਹੜੇ ਹੈਗੇ ਪਦਾਨ ਵਗੈਰਾ ਦੀ ਵਰਤੋਂ ਕਰ ਰਹੇ ਆ ਉਹ ਬਿਲਕੁਲ ਨਹੀਂ ਕਰਨੀ। ਆਪਾਂ ਫੇਮ ਜਿਹੜੀ ਫਲੂਬੈਂਡਾਮਾਈਡ ਟੈਕਨੀਕਲ ਹੈ, 480 SC ਤਾਕਤ ਦੀ ਜਿਹੜੀ ਫੇਮ ਆ 20 ml ਪ੍ਰਤੀ ਏਕੜ ਸਪਰੇ ਕਰ ਸਕਦੇ ਹਾਂ। ਕਈ ਕਿਸਾਨ ਵੀਰਾਂ ਨੂੰ ਜਿਹੜੀ ਗਲਤ ਸਿਫਾਰਿਸ਼ ਮਿਲ ਰਹੀ ਆ 30 ਤੋਂ 35 ml, ਆਪਾਂ 20 ml ਪ੍ਰਤੀ ਏਕੜ ਦੀ ਸਪਰੇ ਕਰਨੀ 100 ਲੀਟਰ ਪਾਣੀ 'ਚ ਪਾ ਕੇ, ਜਾਂ ਆਪਾਂ 170 ਗ੍ਰਾਮ ਮੋਟਰ 75 SC ਕਾਰਟਪ ਹਾਈਡਰੋਕਾਰਡ ਦੀ ਸਪਰੇ ਕਰ ਸਕਦੇ ਹਾਂ। ਇਹਨਾਂ ਦੋਨਾਂ ਦਵਾਈਆਂ 'ਚੋਂ ਕਿਸਾਨ ਵੀਰ ਇੱਕ ਵੀ ਜਿਹੜੀ ਜ਼ਹਿਰ ਤੁਸੀਂ ਸਪਰੇ ਕਰ ਦੋਗੇ ਤਾਂ ਉਹਦੇ ਨਾਲ 20-25 ਦਿਨ ਆਪਾਂ ਨੂੰ ਜਿਹੜੀ ਰੋਕਥਾਮ ਮਿਲ ਜੂ, ਉਹਦੇ ਨਾਲ ਝੋਨਾ ਗੋਭ 'ਚ ਆ ਕੇ ਅਤੇ ਉਦੋਂ ਬਾਅਦ ਛਿੱਟੇ ਨਿਕਲ ਜਾਂਦੇ ਤਾਂ ਆਪਣੀ ਜਿਹੜੀ ਫਸਲ ਦਾ ਨੁਕਸਾਨ ਹੋਣੋਂ ਬਚਤ ਹੋ ਜਾਂਦੀ ਹੈ। ਹੋਰ ਤੁਹਾਡਾ ਸਵਾਲ ਹੋਵੇ, ਸੁਝਾਅ ਹੋਵੇ, ਕਮੈਂਟ ਹੋਵੇ ਥੱਲੇ ਜ਼ਰੂਰ ਦੱਸਿਓ। ਵੀਡੀਓ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰ ਦਿਓ। ਤੁਹਾਡਾ ਬਹੁਤ